ਵੈਲਕਮ ਸਟੂਡੈਂਟਸ, ਅਸੀਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਟੌਪਿਕ ਆ MCQ ਪ੍ਰਸ਼ਨ ਉੱਤਰ ਨੇ ਜਿਹੜੇ ਮਲਟੀਪਲ ਚੋਇਸ ਉਹ ਕਰ ਚੁੱਕੇ। ਅੱਜ ਅਸੀਂ ਗੁਰੂ ਅੰਗਦ ਦੇਵ ਜੀ ਦੇ ਕਰਾਂਗੇ। ਥਿਊਰੀ ਪਾਰਟ ਆ ਜਿਹੜਾ ਤੁਹਾਨੂੰ ਨਾਲ ਨਾਲ ਇਹਨਾਂ ਸਾਰੇ ਗੁਰੂਆਂ ਦਾ ਜਾਂ ਸਾਰੇ ਜਿਹੜੇ ਟੌਪਿਕ ਨੇ ਉਹਨਾਂ ਦਾ ਦੇਖਣਾ ਚਾਹੀਦਾ ਹੈ, ਤਾਂ ਹੀ ਤੁਸੀਂ MCQ ਨੇ ਜਿਹੜੇ ਆਸਾਨੀ ਨਾਲ ਕਰ ਸਕਦੇ ਹੋ। ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਪਹਿਲਾ ਕੁਐਸਚਨ ਹੈਗਾ ਸਾਡੇ ਕੋਲ, ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ ਗੁਰੂ ਅੰਗਦ ਦੇਵ ਜੀ ਕਿੰਨਵੇਂ ਗੁਰੂ ਸਨ? ਕਿੰਨਵੇਂ ਗੁਰੂ ਸਨ, ਦੂਜੇ ਗੁਰੂ ਸਨ? ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਕੀ ਸੀ? ਭਾਈ ਲਹਿਣਾ। ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ? ਮਤੇ ਕੀ ਸਰਾਏ। ਗੁਰੂ ਅੰਗਦ ਦੇਵ ਜੀ ਨੇ ਕਦੋਂ ਮੁਕਤੀ ਪ੍ਰਾਪਤ ਕੀਤੀ? 1552 ਵਿੱਚ। ਗੁਰੂ ਅੰਗਦ ਦੇਵ ਜੀ ਦੇ ਪਿਤਾ ਕੌਣ ਸਨ? ਭਾਈ ਫੇਰੂ। ਗੁਰੂ ਅੰਗਦ ਦੇਵ ਜੀ ਦੇ ਮਾਤਾ ਕੌਣ ਸਨ? ਸਭਰਾਏ ਦੇਵੀ। ਗੁਰੂ ਅੰਗਦ ਦੇਵ ਜੀ ਕਿਸ ਸਮੇਂ ਸਿੱਖ ਗੁਰੂ ਰਹੇ? 1539 ਤੋਂ ਲੈ ਕੇ 1552 ਤੱਕ। ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ? ਦਾਤੂ ਤੇ ਦਾਸੂ। ਭਾਈ ਲਹਿਣਾ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ? ਕਰਤਾਰਪੁਰ ਵਿਖੇ। ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਕਿਹੜੇ ਸਿੱਖ ਗੁਰੂ ਦਾ ਸਭ ਤੋਂ ਵੱਧ ਯੋਗਦਾਨ ਹੈ? ਗੁਰੂ ਅੰਗਦ ਦੇਵ ਜੀ ਦਾ। ਦੂਸਰੇ ਗੁਰੂ ਕੌਣ ਸਨ? ਗੁਰੂ ਅੰਗਦ ਦੇਵ ਜੀ। ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ? ਹੁਮਾਊਂ। ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਲਈ ਆਇਆ? ਹੁਮਾਊਂ। ਹਮਾਊਂ ਤੇ ਗੁਰੂ ਅੰਗਦ ਦੇਵ ਜੀ ਕਿੱਥੇ ਮਿਲੇ ਸਨ? ਖਡੂਰ ਸਾਹਿਬ। ਆਦਿ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੀਆਂ ਕਿੰਨੀਆਂ ਬਾਣੀਆਂ ਹਨ? 62 ਬਾਣੀਆਂ। ਗੁਰੂ ਅੰਗਦ ਦੇਵ ਜੀ ਦੁਆਰਾ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਗਈ? ਖਡੂਰ ਸਾਹਿਬ ਦੀ। ਕਿਹੜੀ ਔਰਤ ਨੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਪੰਗਤ ਪ੍ਰਥਾ ਵਿੱਚ ਵੱਡਾ ਯੋਗਦਾਨ ਪਾਇਆ ਸੀ? ਬੀਬੀ ਖੀਵੀ ਨੇ। ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਕਿਹੜਾ ਸੀ? ਕਰਤਾਰਪੁਰ। ਪਹਿਲੀ ਵਾਰ ਸਿੱਖ ਧਰਮ ਦੀਆਂ ਉਦਾਸੀਆਂ ਦਾ ਵਿਰੋਧ ਕਿਸਨੇ ਕੀਤਾ ਸਿੱਖ ਧਰਮ ਵਿੱਚ ਉਦਾਸੀਆਂ ਦਾ ਵਿਰੋਧ ਕਿਸਨੇ ਕੀਤਾ ਸੀ? ਬਾਬਾ ਸ਼੍ਰੀ ਚੰਦ ਜੀ ਨੇ। ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ? ਗੁਰੂ ਅਮਰਦਾਸ ਜੀ ਨੂੰ। ਸਿੱਖ ਪੰਥ ਵਿੱਚ ਮੱਲ ਅਖਾੜਾ ਦਾ ਪ੍ਰਬੰਧ ਕਿਸਨੇ ਕੀਤਾ? ਗੁਰੂ ਅੰਗਦ ਦੇਵ ਜੀ ਨੇ। ਸਿੱਖ ਧਰਮ ਵਿੱਚ ਸਰੀਰਕ ਅਨੁਸ਼ਾਸਨ ਦੀ ਪਰੰਪਰਾ ਕਿਸਨੇ ਸ਼ੁਰੂ ਕੀਤੀ? ਗੁਰੂ ਅੰਗਦ ਦੇਵ ਜੀ ਨੇ। ਗੁਰੂ ਅੰਗਦ ਦੇਵ ਜੀ ਦੁਆਰਾ ਹੇਠ ਲਿਖੀਆਂ ਵਿੱਚੋਂ ਕਿਹੜੀਆਂ ਰਚਨਾਵਾਂ ਰਚੀਆਂ ਗਈਆਂ? ਜਨਮ ਸਾਖੀ। ਜਨਮ ਸਾਖੀ ਲਿਖਣ ਲਈ ਗੁਰੂ ਅੰਗਦ ਦੇਵ ਜੀ ਦਾ ਮੁੱਖ ਸਰੋਤ ਕੀ ਸੀ?
ਭਾਈ ਬਾਲਾ ਜੀ, ਕਿਉਂਕਿ ਬਾਲਾ ਜੀ ਦੀ ਮਦਦ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਿਹੜੀ ਰਚਨਾ ਰਚੀ ਸੀ ਗੁਰੂ ਅੰਗਦ ਦੇਵ ਜੀ ਨੇ। ਰਾਗੀ ਬਲਵੰਡ ਤੇ ਸੱਤਾ ਕਿਹੜੇ ਗੁਰੂ ਦੇ ਜ਼ਮਾਨੇ ਵਿੱਚ ਸਨ? ਗੁਰੂ ਅੰਗਦ ਦੇਵ ਜੀ ਦੇ ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦਾ ਵੱਡਾ ਯੋਗਦਾਨ ਕੀ ਸੀ? ਜਨਮ ਸਾਖੀਆਂ ਦਾ ਸੰਗ੍ਰਹਿ, ਜਨਮ ਸਾਖੀ ਦਾ ਸੰਗ੍ਰਹਿ ਸਿੱਖ ਗੁਰੂਆਂ ਦੀ ਤਰਜ ਬਣਾਈ ਰੱਖਣਾ, ਗੁਰਮੁਖੀ ਲਿਪੀ ਨੂੰ ਪ੍ਰਸਿੱਧ ਕਰਨਾ, ਤਾਂ ਸਾਡਾ ਆਂਸਰ ਕੀ ਆਊਗਾ ਉਪਰੋਕਤ ਸਾਰੇ? ਇਸ ਲਈ ਡੀ ਜਿਹੜਾ ਸਾਡਾ ਆਂਸਰ ਆ। ਗੁਰਮੁਖੀ ਲਿਪੀ ਦਾ ਪ੍ਰਚਾਰ ਕਰਨ ਵਾਲੇ ਪਹਿਲੇ ਗੁਰੂ ਕੌਣ ਸਨ? ਗੁਰੂ ਅੰਗਦ ਦੇਵ ਜੀ। ਗੁਰਮੁਖੀ ਲਿਪੀ ਦੇ ਆਧੁਨਿਕ ਸੰਸਕਰਨ ਨੂੰ ਕਿਸਨੇ ਪੇਸ਼ ਕੀਤਾ? ਗੁਰੂ ਅੰਗਦ ਦੇਵ ਜੀ ਨੇ। ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਅੰਗਦ ਦੇਵ ਜੀ ਬਾਰੇ ਜਿਹੜੇ MCQ ਨੇ ਉਹ ਕੀਤੇ ਨੇ। ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਅਗਲੇ ਗੁਰੂ ਨੇ ਜਿਹੜੇ ਉਹਨਾਂ ਬਾਰੇ MCQ ਕਰਾਂਗੇ। ਬਣੇ ਰਹੋ ਚੈਨਲ ਦੇ ਨਾਲ। ਓਕੇ, ਥੈਂਕਸ।